Oh my.
ਹਰਦੀਪ ਹੀ ਜੁਣ
know Jill Bhai. Ram Snehi Tau Mili, don't know Varnu Bhai. Woh bhi apni hon, apni ID, apni identity khatam karna se. Kyunki agli line vich keh ditta si Hardeep Ratan Hare. ਪਹਿਲਾ ਸੀ ਹਰਦੀਪੀ ਜਰੀ ਦੂਜੇ ਸ਼ਲੋਕ ਵਿੱਚ ਜਵਾਬ ਸੀ ਹਰਦੀਪੀ ਰਤਨ ਹਰੇ ਚੂਨ ਚੇਨ ਨਾ ਰਹਾ ਹੈ ਪਹਿਲੇ ਹਰੀ ਇਸ ਪ੍ਰੀਤ ਕੋ ਉੱਥੇ ਬਸ ਲੈ ਅਗਲਾ ਹਫਤਾ ਆ ਗਿਆ ਉੱਥੇ ਵੀ ਮਸਲਾ ਇਹੀ ਆ ਗਿਆ ਕਿ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਈ ਮਨੁੱਖ ਬੇਕਾਰਾਂ ਵਿੱਚ ਸੰਸਾਰ ਦੇ ਇਹਨਾਂ ਹਾਲਾਤਾਂ ਵਿੱਚ ਕਿਉਂ ਫਸਿਆ ਹੋਇਆ ਹੈ ਕਿਉਂ ਨਹੀਂ ਮੁਕਤ ਹੋ ਰਿਹਾ ਹਾਲਾਂਕਿ ਮੁਕਤੀ ਦਾ ਚਾਹਵਾਨ ਮੁਕਤੀ ਦੀ ਪਰਿਭਾਸ਼ਾ ਨਹੀਂ ਜਾਣਦਾ ਪਰ ਸੁਣੇ ਸੁਣਾਏ ਲਫ਼ਜ਼ ਦੇ ਅਧੀਨ ਮੁਕਤੀ ਦਾ ਚਾਹਵਾਨ ਕੋਈ ਇਸਨੂੰ ਆਜ਼ਾਦੀ ਆਖ ਦਿੰਦਾ ਹੈ ਮੁਕਤੀ ਜਿਹਦਾ ਸਮਾਜਿਕ ਤੌਰ ਤੇ ਜਾਂ ਸੰਸਾਰਿਕ ਤੌਰ 'ਤੇ ਕਿਸੇ ਸਰਕਾਰ ਦੇਸ਼ ਦੀ ਹਕੂਮਤ ਤੋਂ ਬਗਾਵਤ ਕਰਦਾ ਹੈ ਉਹ ਵੀ ਕਹਿੰਦਾ ਮੈਂ ਇਸੇ ਲਈ ਬਗ ਗਈ ਕਿਉਂਕਿ ਮੈਂ ਇਸ ਕਾਨੂੰਨ ਨੂੰ ਨਹੀਂ ਮੰਨਦਾ ਆਜ਼ਾਦ ਜਾਣੇ ਜਾਣੇ ਮਸਲਾ ਹੋਈ ਹੈ ਉਹ ਵੀ ਉਕਤੀ ਚੰਦ ਹੈ ਲੰਕਾ ਵਿੱਚ ਤਾਂ ਐਸੀ ਫੌਜ ਦਾ ਨਾ ਹੀ ਉਹਨੇ ਮੁਕਤੀ ਬਣੀ ਰੱਖ ਲਿਆ ਕਿਉਂਕਿ ਲਫ਼ਜ਼ ਮੁਕਤੀ ਹੈ ਜਿਹੜਾ ਉੱਥੋਂ ਕੁਛ ਧਾਰਮਿਕ ਖੇਤਰ ਵਿੱਚ ਪਰਤਦਾ ਹੈ ਉਹ ਵਿਕਾਰਾਂ ਤੋਂ ਮੁਕਤੀ ਚਾਹੁੰਦਾ ਜਿਹੜਾ ਥੋੜ੍ਹਾ ਜਿਹਾ ਭਰਮਾਂ ਵਿੱਚ ਪੈ ਜਾਂਦਾ ਹੈ ਉਹ ਕਿਸੇ ਜਮਾਂ ਦੀ ਮਾਰ ਤੋਂ ਮੁਕਤੀ ਚਾਹੁੰਦਾ ਹੈ ਜਨਮ ਮਰਨ ਤੋਂ ਮੁਕਤੀ ਚਾਹੁੰਦਾ ਹੈ ਮੁਕਤੀ ਦੀ ਪਰਿਭਾਸ਼ਾ ਮਨੁੱਖ ਨੇ ਵੱਖ ਵੱਖ ਕਰ ਲਈ ਪਰ ਮੁਕਤੀ ਚਾਹੁੰਦਾ ਹੈ ਕੋਈ ਤੇ ਗੁਰੂ ਨੇ ਆਖ ਦਿੱਤਾ ਬਾਬਾ ਕਬੀਰ ਜੀ ਨੇ ਆਖ ਦਿੱਤਾ ਕਿ ਮੁਕਤ ਦੁਆਰਾ ਸੰਕਰ ਆਜ਼ਾਦੀ ਕੋਈ ਸੌਖੀ ਨਹੀਂ ਮਿਲ ਜਾਂਦੀ ਅਸੀਂ ਸੰਸਾਰਿਕ ਤੌਰ ਤੇ ਵੀ ਆਖ ਦਿੰਦੇ ਆਜ਼ਾਦੀ ਕੁਰਬਾਨੀ ਮੰਗਦੀ ਅਸੀਂ ਸ਼ਬਦਾਵਲੀ ਨੂੰ ਸਮਝੀਏ ਆਜ਼ਾਦੀ ਕੁਰਬਾਨੀ ਅੱਜ ਵੀ ਜਿਹੜੇ ਸੰਸਾਰਿਕ ਤੌਰ ਤੇ ਦੇਸ਼ਾਂ ਤੋਂ ਬਗਾਵਤ ਕਰਦੇ ਨੇ ਉਹ ਵੀ ਇਹੋ ਗੱਲ ਕਹਿੰਦੇ ਨੇ ਸਿਰਦੇ ਨੇ ਪੈਂਦੇ ਨੇ ਸ਼ਹੀਦੀਆਂ ਪੌੜੀਆਂ ਪੈਂਦੀਆਂ ਨੇ ਆਜ਼ਾਦੀ ਕੁਰਬਾਨੀ ਮੰਗਦੀ ਹੈ ਆਜ਼ਾਦੀ ਐਵੇਂ ਨਹੀਂ ਮਿਲ ਜਾਂਦੀ ਕੁਰਬਾਨੀ ਗੁਰਮਤ ਦੇ ਖੇਤਰ ਵਿੱਚ ਕੀ ਹੈ ਸਰੀਰ ਕਰਕੇ ਮਰਦੇ ਨੇ ਉਹ ਵੀ ਕਹਿੰਦੇ ਨੇ ਕੁਰਬਾਨੀ ਸ਼ਹੀਦ ਹੋ ਗਏ ਆਜ਼ਾਦੀ ਲਈ ਹੋਏ ਪਰ ਗੁਰੂ ਕਹਿੰਦੇ ਨੇ ਆਪਣੀ ਹੋਂਦ ਨੂੰ ਖਤਮ ਕਰਨਾ ਉਹ ਵੀ ਤਾਂ ਕੁਰਬਾਨੀ ਹੈ ਮੌਤ ਹੈ ਇੱਥੇ ਵੀ ਲਫ਼ਜ਼ ਮੋਰ ਮਰਨੇ ਕਾ ਚਾਹੋ ਹੈ ਹੋਂਦੀ ਖਤਮ ਹੋ ਗਈ ਕਿਸ ਲਈ ਮੈਨੂੰ ਆਜ਼ਾਦੀ ਚਾਹੀਦੀ ਪਰ ਗੁਰੂ ਇਸ ਹੋਂਦ ਨੂੰ ਉਸ ਆਜ਼ਾਦੀ ਦੇ ਰਾਹ ਵਿੱਚ ਰੁਕਾਵਟ ਆਹ ਲਫ਼ਜ਼ ਕਹਿ ਕੇ ਸਪਸ਼ਟ ਕਰ ਗਏ ਕਿ ਕਬੀਰ ਮੁਕਤ ਦੁਆਰਾ ਸੰਕਰਾ ਆਜ਼ਾਦੀ ਕੋਈ ਸੌਖੀ ਨਹੀਂ ਮਿਲ ਜਾਂਦੀ ਰਾਈ ਦਸਵੇਂ ਪਾਏ ਉਹ ਰਾਹ ਬੜੇ ਔਖੇ ਨੇ ਮਨ ਤੋਂ ਮੈਗਲ ਹੋਏ ਰਹੇ ਮਨ ਤਾਂ ਹੋਂਦ ਨੂੰ ਖਤਮ ਕਰਨਾ
ਤਾਂ ਇੱਕ ਪਾਸੇ ਰਿਹਾ ਉਹ ਤਾਂ ਆਪਣੀ ਹੋਂਦ ਵੱਡੀ ਕਰ ਬੈਠਾ ਹੈ ਹਾਥੀ ਉਰੇਗਾ ਹੋਂਦ ਤਾਂ ਕਿਡੀ ਦੀ ਵੀ ਹੈ ਇਹ ਤਾਂ ਨਹੀਂ ਕਿਡੀ ਦੀ ਹੋਂਦ ਦੀ ਉਹ ਵੀ ਮੌਤ ਤੋਂ ਬਚਣਾ ਚਾਹੁੰਦੀ ਉਹਨੂੰ ਵੀ ਖਾਣ ਲਈ ਅਨਾਜ ਚਾਹੀਦਾ ਉਹਨੂੰ ਵੀ ਮੌਸਮ ਚਾਹੀਦਾ ਉਹਨੂੰ ਵੀ ਰਿਹਾਇਸ਼ ਲਈ ਖੁੰਡ ਚਾਹੀਦੀ ਆਖਰ ਉਹ ਸਾਧਨ ਤੇ ਸਾਰੇ ਉਸ ਕਿਡੀ ਨੂੰ ਵੀ ਚਾਹੀਦੇ ਉਹਦੀ ਵੀ ਹੋਂਦ ਹੈ ਪਰ ਹੁਣ ਕਿਹੜੀ ਦੀ ਹੋਂਦ ਤੇ ਹਾਥੀ ਦੀ ਹੋਂਦ ਬਰਾਬਰ ਤੇ ਨਹੀਂ ਨਾ ਕਿਹੜੀ ਕਿਸੇ ਛੋਟੀ ਥਾਂ ਤੋਂ ਲੰਘ ਸਕਦੀ ਹਾਥੀ ਨਹੀਂ ਲੰਘ ਸਕਦਾ ਹੋਂਦ ਦੋਵਾਂ ਦੀ ਹੈ ਬਾਬਾ ਕਬੀਰ ਜੀ ਨੇ ਆਖਿਆ ਮੁਕਤ ਦੁਆਰਾ ਸ਼ੰਕਰਾ ਰਾਈ ਦਸਵੇਂ ਭਾਏ ਉੱਥੋਂ ਗੁਜ਼ਰੇ ਕਿਵੇਂ ਮਿਲੇ ਕਿਵੇਂ ਮੁਕਤੀ ਮਨ ਤੋਂ ਮੈਗਲ ਹੋਏ ਰਹੇ ਹੋ ਇਹਦੀ ਹੋਂਦ ਛੋਟੀ ਹੋਣ ਦੀ ਬਜਾਏ ਬਹੁਤ ਵੱਡੀ ਹੋ ਗਈ ਇੱਥੇ ਵੀ ਇਸ ਦੂਜੇ ਹਫ਼ਤੇ ਦੇ ਪ੍ਰੋਗਰਾਮ ਵਿੱਚ ਵੀ ਬਾਬਾ ਕਬੀਰ ਜੀ ਦੇ ਇਹੋ ਹੀ ਵਿਚਾਰ ਸਾਡੇ ਨਾਲ ਅਸੀਂ ਆਪਾਂ ਸਾਂਝੇ ਕੀਤੇ ਸਵਾਲ ਮੁਕਤੀ ਦਾ ਹੋਂਦ ਨੂੰ ਖਤਮ ਕਰਨ ਦਾ ਮੈਂ ਅੱਜ ਵੱਲ ਵਧਣਾ ਚਾਹੁੰਦਾ ਅੱਜ ਤੀਜਾ ਹਫ਼ਤਾ ਮਸਲਾ ਹੋ ਗਿਆ ਹੈ ਬਦਲ ਮੇਰੇ ਇਸ ਸੰਸਾਰ ਵਿੱਚ ਤਾਂ ਹੋਂਦ ਜ਼ਰੂਰੀ ਹੈ ਲਓ ਜਿਹਨੇ ਇਸ ਦੁਨੀਆਂ ਵਿੱਚ ਰਹਿਣਾ ਉਹਨੂੰ ਤਾਂ ਜਨਮ ਤੋਂ ਲੈ ਕੇ ਮਰਨ ਤੱਕ ਉਹਦੀ ਹੋਂਦ ਹਰ ਵਕਤ ਉਹਨੂੰ ਨਾਲ ਨਾਲ ਚਾਹੀਦੀ ਮੈਂ ਕਿਵੇਂ ਛੱਡਾਂ ਅੱਜ ਦਾ ਬਾਬਾ ਕਬੀਰ ਜੀ ਦਾ ਮਸਲਾ ਜ਼ਰਾ ਵਿਚਾਰੀਏ ਇੱਕ ਵਾਰ ਉਹਨਾਂ ਦੋ ਸਲੋਕਾਂ ਨੂੰ ਦੁਬਾਰਾ ਪੜ੍ਹ ਲਈ ਕਬੀਰ ਨਾ ਹੋਏ ਛਾਨ ਨਾ ਛਾਪਣੀ ਸੰਸਾਰ ਵਿੱਚ ਜੀਵਨ ਗੁਜ਼ਾਰਦੇ ਹਾਂ ਮੈਨੂੰ ਹਰ ਕਦਮ ਤੇ ਆਪਣੀ ਹੋਂਦ ਦਰਸਾਉਣੀ ਪਈ ਇਸੇ ਲਈ ਮੈਂ ਆਪਣੀ ਹੋਂਦ ਲਈ ਲੜਦਾ ਰਿਹਾ ਹੋਂਦ ਦੇ ਵਿੱਚ ਨਾਮ ਸ਼ਾਮਲ ਹੈ ਤੂੰ ਕੌਣ ਹੈ ਮੇਰਾ ਨਾਮ ਦਰਸ਼ਨ ਸਿੰਘ ਹੈ ਮੇਰੀ ਹੋਂਦ ਦੀ ਪ੍ਰਤੀਕ ਹੈ ਤੁਸੀਂ ਆਮ ਜੀਵਨ ਵਿੱਚ ਵੇਖਿਓ ਅੱਜ ਦੇ ਸਮੇਂ ਅੰਦਰ ਤਾਂ ਪਹਿਲੇ ਨਾਲੋਂ ਜ਼ਿਆਦਾ ਹੋਂਦ ਦੀ ਆਈਡੈਂਟੀ ਦੀ ਜ਼ਰੂਰਤ ਹੈ ਪਹਿਲੇ ਇੰਨੀ ਨਹੀਂ ਸੀ ਪਹਿਲੇ ਤੁਸੀਂ ਕਿਸੇ ਨੂੰ ਆਖਦੇ ਹੋ ਨਾ ਮੇਰਾ ਨਾਮ ਦਰਸ਼ਨ ਸਿੰਘ ਹੈ ਉਹ ਮੰਨ ਜਾਂਦਾ ਸੀ ਹੁਣ ਤਾਂ ਵਿਸ਼ਵਾਸ ਹੀ ਨਹੀਂ ਰਿਹਾ ਕਹਿੰਦਾ ਨਹੀਂ ਫੋਟੋ ਆਈ ਡੀ ਲਿਆ ਤੂੰ ਆਖ ਦਿੱਤਾ ਦਰਸ਼ਨ ਸਿੰਘ ਤੇ ਮੈਂ ਮੰਨ ਲਵਾਂ ਦਰਸ਼ਨ ਸਿੰਘ ਫੋਟੋ ਆਈ ਡੀ ਲਿਆ ਫਿਰ ਮੇਰੀ ਫੋਟੋ ਆਈ ਡੀ ਨਹੀਂ ਉਹਦੇ ਤੇ ਤੇਰਾ ਨਾਮ ਵੀ ਲਿਖਿਆ ਹੋਵੇ ਤੇਰਾ ਐਡਰੈਸ ਵੀ ਲਿਖਿਆ ਹੋਵੇ ਰੋਜ਼ਾਨਾ ਜੀਵਨ ਵਿੱਚੋਂ ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਦੇ ਰਿਹਾ ਕਿਤੇ ਵੀ ਕੰਮ ਨਹੀਂ ਚੱਲਣਾ ਤੁਸੀਂ ਰੋਜ਼ਾਨਾ ਜੀ ਅੱਜ ਦੇ ਯੁੱਗ ਅੰਦਰ ਜੀਵਨ ਬਿਤਾਓ ਉਹਦੇ ਵਿੱਚ ਆਈਡੈਂਟੀ ਕੀ ਹੈ ਹੋਂਦ ਕੀ ਹੈ ਮਨੁੱਖ ਦੀ ਜੇ ਇਹ ਚੀਜ਼ਾਂ ਤੁਹਾਡੇ ਕੋਲ ਕੋਈ ਨਹੀਂ ਤਾਂ ਕੋਈ ਹੋਂਦ ਨਹੀਂ ਤੁਸੀਂ ਵੋਟਰ ਵੀ ਨਹੀਂ ਬਣ ਸਕਦੇ ਕੋਈ ਤੁਹਾਡੀ ਰਾਏ ਨਹੀਂ ਤੁਹਾਨੂੰ ਕਿਸੇ ਬੈਂਕ ਨੇ ਕੋਈ ਹੈਲਪ ਨਹੀਂ ਦੇਣੀ ਉਸ ਹੋਂਦ ਵਿੱਚ ਕੀ ਹੈ ਪਹਿਲਾ ਨਾਮ ਹੁਣ ਅੱਗੇ ਇੱਕ ਨਾਮ ਦਾ ਮਸਲਾ ਸੀ ਹੁਣ ਤਿੰਨ ਹਿੱਸੇ ਉਹਨਾਂ ਕਰ ਦਿੱਤੇ ਫਸਟ ਨਾਮ ਮਿਡਲ ਨਾਮ ਲਾਸਟ ਨਾਮ ਤਿੰਨੋਂ ਨਾਮ ਤੋਂ ਭਾਵ ਜ਼ਾਤ ਸਮੇਤ ਤਿੰਨੋਂ ਨਾਂ ਦੇ ਹਿੱਸੇ ਜਿਹੜੇ ਨੇ ਉਹ ਨੋਟ ਕਰ
फार्म बने होंगे। मैं एग्जाम्पल देना चाहना क्योंकि समाज को समझना धर्म को समझने लिए भी जरूरी है। फिर आ गया जे तीनों चीजा लिख भी देवे ते तेरी गल अजे भी आई डी दी पूरी नहीं हुई। हुण एड्रैस एड्रैस विच किन्नी लंबी लिस्ट है, घर का नंबर, स्ट्रीट का नाम, शहर का नाम, स्टेट का नाम, देश का नाम है। इन चीजों में तू एक चीज भी ना लिखे तो तेरी होम ते शक है। कंप्यूटर भी मुड़ के जवाब दे देता है नहीं आ कालम आ हिस्सा रह गया। क्यों? तेनू मैं तस्दीक करना चाहना कि तू सचमुच वो है, इनका मतलब तेरे ते विश्वास नहीं। अज तेरी होंद लिखती रूप में चली जाती, अगे नहीं, अगे मनुख ते विश्वास से हुण विश्वास नहीं। इनका मतलब मनुख इन्ना बेविश्वास हो गया है कि मनुख की जबान ते बोल ते कोई विश्वास नहीं। कई बार तो तुम सारा फार्म भर देंगे हो, फिर फार्म मंजूर करने तो पहला वो तस्दीक कर इनकुआरी करते हैं जो कुछ इन्हें भरया थले लिखा होता मैं जो कुछ भरया इसका जिम्मेवार है। इन्ना कुछ केवल इस लिए कि मेरी होंद तस्दीक हो जाए। इतने रुकना चाहता कुछ भी होंद अपनी साबित करने लिए तेन कितनी बड़ी लिस्ट कंप्लीट करनी पड़ती है, पर कर रहे कर रहे। जेड़ा है लिस्ट कंप्लीट ना कर सके उनकी कोई बात नहीं है, ना कर ही कोई नहीं। इंदा है पिंड का नाम ही नहीं याद। बाबा कबीर जी ने सवाल खड़ा करता, मैं तो रुकना चाहता। कबीर कहता है मैं तो फस गया, परेशान हो गया कि इस संसार विच रहिंदे होया मैं अपनी होंद किवें साबित करां। कम चलता नहीं, इवन इथों तक जीवदे हां तां किते रह गया, मरण तो बाद तैनू अज दे युग अंदर मसान भूमिका विच भी तैनू तांस जलन दिंदे ने। पहला उत्थे फार्म भरो कौन है, इहदा नां की सी, जात की सी, की इहदा एड्रैस है। मरण तो बाद एड्रैस खत्म हो गया, चाहिए तो यह सी ना मरण तो बाद एड्रैस खत्म हो गया। तो सारा कुछ भरना पड़ेगा। हम बाबा कभी इसे गल तो परेशान हो गए, कहते ने मैनू मुश्किलें बन गई। कबीर ना मोहे छाने ना छापनी ना मोहे कारे ना गनाई गाओ। और यह कारण जी अज मनुख को सब तो ज्यादा जोर लगा हुआ है अपनी होंद कायम करने पे। घर चंगा तो चंगा हो, क्योंकि घर ने उनकी होंद दर्शाने एक कितना बड़ा आदमी है, क्योंकि उनका घर बहुत बड़ा है। लोगों ने एवं नहीं आखता घर के भाग ड्योड़ी तो दिसते हैं, मतलब यह मनुख वे घर क्यों चाहता, कीमती कार क्यों चाहता, खास सिलाई किए हुए कपड़े वस्त्र क्यों पाना चाहता है। कारण सिर्फ यही है क्योंकि उनके हर एक चीज ना उनकी होंद जुड़ी हुई है, उनकी होंद को खतरा है। क्योंकि मनुख हर वक्त अपनी आइडेंटिटी बना रहा है,
जोर ही इसका दिल का है। दूजे की आइडेंटिटी खत्म करने पर जोर लगा हुआ, नतीजा यह है टकराव पैदा हो गया। एक आइडेंटिटी बचाना चाहता है, दूजा आइडेंटिटी मिटाना चाहता है, टकराव ये झगड़ा इख्तलाफ ये है। पर बाबा कबीर कहते हैं, मैं सोची पै गई हाँ जी, मरण तो बाद भी इन्हां निशानियां की लोड़ है, इस आईडी की लोड़ है। तो मैं सोची पै गई कि रब भी मेरे को आईडी पूछ ले, कौन है, मैं तो इन्हू अपने घर नहीं पढ़न दिता। कहें जिन्हों असं जानते नहीं उन्होंने घर नहीं पढ़न दिता, मैं रब के घर जाना चाहवा, तो रब पूछ ले कौन है, मेरे को आई डी ना हो, मेरे को अपनी होम का प्रूफ ही कोई ना हो, तो रब भी मैं दरकार दे कर। और बाबा कबीर जी का पहला सूप मेरा कोई घर नहीं, सारा जोर मन अपने घर से कमा कि रह गया। श्री गुरु ग्रंथ साहब की बाणी अंदर एक शब्द है बड़ा समझ पाया कि मनुख घर वड्डे कर रहे हैं, कहते ने डड्डा डेरा ये नहीं, गुरबाणी का शब्द है, डड्डा डेरा ये नहीं, ये डेरा ते जान, जिथे तू बैठा ना जेडे घर बना रहे हैं तेरा डेरा नहीं, ये तेरा डेरा नहीं, तू जान समझ पछाण जिथे तू जाना है, जेड़ा जेड़ा तेरा असल डेरा, जेड़ा तेरा असल ठिकाना, डड्डा डेरा ये नहीं, ये डेरा ते जान है। वह डेरा को संजम का संजम गुर के शब्द पछाण है, तेनू दसना चाहना भी तेनू उस डेरे की पछाण की है, तेनू उस डेरे के नियम, उस डेरे की निशानी, संजम भाव की निशानी, उस डेरे का रहन सहन, ये गुरु के शब्द को पता लगेगा। जे तू गुरु का शब्द नहीं विचारेगा तेनू तो जिथे असल डेरा है उनका पता ही नहीं लगना, की पछाणेगा। कहते डड्डा डेरा ये नहीं, जे डेरा ते जान, वह डेरा का संजम गुरु के शब्द पछाण। हुण अगली लाइन पढ़ियो, कहते ने एरा डेरा शर्म को शर्म कर डाले, ये डेरा बनाने वास्ते तू दिन रात शर्म कर रहे, शर्म कहते ने उद्यम कटना, दिन रात तेरी दौड़ लगी हुई, हुण ते गृहस्थी ने तो डेरे बनाने सन, हुण ता अपने आप नू त्यागी महापुरुष होण वाले भी डेरे बनाउंदे, उन्हां नू भी पता है जिन्ना वड्डा डेरा उन्ना वड्डा संत। इस संत की पछाण की बड़ा वड्डा डेरा है, उन्होंने जोर भी डेरे बनाने के लगा। मैं तो कई बार कहना हूं जिनी वड्डी गोलक उन्ना वड्डा गुरुद्वारा, फलाना गुरुद्वारा बहुत वड्डा है, उत्थे तो इन्नी गोलक हफ्ते की निकलती है, जिनी वड्डी गोलक उन्ना वड्डा गुरुद्वारा, जिन्ना वड्डा डेरा उन्ना वड्डा संत। श्री गुरु ग्रंथ साहब को पूछ, प्रकाश श्री गुरु ग्रंथ साहब का, श्री गुरु ग्रंथ साहब कहते हैं वह डेरा को या डेरा को शर्म कर गाले, दिन रात उद्यम करता है,
इस डेरे नूं बनाउण वास्ते जिहड़ा डेरा जानका तसू नहीं संग चले। जिस डेरे का एक दरवाजा भी तेरे नूं तेनूं जे पसंद होवे, एक खिड़की भी तेनूं, एक कर्टन भी तेनूं पसंद होवे, तो तू आखे मैं नाल लै जावां, तेरे नाल नहीं जाणा। जिस डेरे नूं बनाउण ते दिन रात ला रहे हैं, जिहड़े डेरियां दा झगड़ा है, कहन लगे यह डेरा को शर्म कर गल है, जाका तसू नाही संग चाले। कहते ने वा डेरा की सो मित जाने, जाको दृष्ट पूर्ण भगवान ने। जिस डेरे की बाबा सतगुरु कहते ने मैं गल करना, उस डेरे नूं मित ओंदी गति नूं, ओंदी असलीयत नूं, ओंदी सुंदरता नूं ओही जानदा है जिंदे ते प्रभु दी रहमत होवे। वा डेरा का सो मित जाने, सो मित जाने, जाको दृष्ट पूर्ण भगवान ने, जिंदे ते प्रभु दी मालिक दी रहमत भरी दृष्टि हो जाए। आखिरी लाइन अंदर सतगुरु शब्द की आखिरी लाइन में बड़ा खूबसूरत फैसला देते हैं। कहते हैं डेरा निर्चल सच साध संग पाया, अभी डेरा है, ये भी डेरा है। इसे भी गुरु ने आखिर तक दिन कितने होर सच खंड नहीं, कितने होर कोई रब का घर नहीं। सतगुरु ने बाणी भी चाख लिया था, मन तन खोजी भाल भलाई, क्यों प्यारा प्रीत मिले मेरी मारी। ते अगली लाइन में जवाब दिता, मिल सत संगत खोज दिसाई, विच संगत हर प्रभु वसे जीओ। ये डेरा इन्ना खूबसूरत है साध संगत का, जिथे रब भी वसना पसंद करता है। विच संगत हर प्रभु वसे जीओ, ते जिथे वसी उनका ना डेरा, उनका ना रहायश है। ते गुरु कहते हैं आखिरी लाइन में, कहते हैं डेरा निर्चल सच साध संग पाया, नानक तेजन नहीं डोलाया। जिन्होंने साध संगत विच अपने जीवन के आदर्श का डेरा टिकाणा बना लिया, मन किवें लगता है, आत्मा नूं किवें जोड़ना है, सिद्धांत तेरा की है, तू किस जीवन में रहना है। जिन्होंने साध संगत में अपने जीवन में टिकाना बना लिया, कहने लगे वो फिर भटकते नहीं, वो फिर थां थां नहीं भटकते, नानक तेजा नहीं डोलाया। पर हो की रहा, हो ये रहा कि मनुख वो डेरा पछाण नहीं रहा, इस संसारिक डेरे ते निर्भर हो रहा, इनू अपनी आईडी बना बैठा है। हुण सिद्धांत साड़ी आई डी नहीं, पिछले पिछले दिन असमी यह चीज चल कि सिखी एक सिद्धांत सी, वो सिद्धांत साड़ी आई डी नहीं। साड़ी आई डी की है दुमाला सजिया हो गए, उत्तों की कृपाण पाई हो, प्रकार दाड़ा हो, ये साड़ी आई डी है, सिखी की आई डी हो गई। जिहड़ा सिद्धांत सी, जिहड़ा सत संगत विच मिलना सी, जो सतगुरु दा शब्द दे विचार सन, उहनां नूं अपने जीवन दी आई डी बनाया नहीं, कहिंदे आ मुश्किल बन गई। हुण बाबा कबीर कहिंदे जदों मैं ये देखना कि लोग तां अपनी आई डी अपनी होंद इत्थे निर्भर कीती बैठे ने कि उहदा नाम लिखिया जाए, उहदी जात लिखी जाए, फिर उनका एड्रैस लिखा जाए, उनका घर है, इन्ना वड्डा घर है, जे महल्ले विच रहिंदा है, इस देश का वासी है। जदों कहिंदे ने ये सारियां गल्लां मैं देखना, तो ये मेरी जिउंदा नहीं मरन तक भी देखना, जदों मुरदे का भी संस्कार करना होंदा, गल्लां उत्थे लोड़ पैंदी, उन्हें टिकाणा मिलता है। तां बाबा कबीर कहिंदे ने मैनूं फिक्र पै जांदी, जी भला रब भी मेरे को ये पूछ लै, मैं उहदे दरवाजे ते जावां, ते मेरे लई तां मुश्किल है, मैं तां ये आई डी बनाई नहीं,
देखो इतों सब स्पष्ट होता है कि बाबा कबीर ने यह आई डी नहीं बनाई, उन्हें अपनी होद इस किस्म की कैद नहीं की। बाबा कबीर आ रहे कहते हैं ना मेरा कोई गांव पिंड है, मेरे कुत्ता पिंड भी कोई नहीं, मेरी जात भी कोई नहीं, मेरा नाम भी कोई नहीं। हुण केड़ी आईडी लैके केड़ी होंद लैके मैं संसार विच विचर रहा, किस होंद को? जे इसी होंद का मसला आ गया रब की दरगाह विच ते मेरे लिए प्रॉब्लम बन जाएगी। मेरे को तो यह चीज़ा मैं पैदा ही नहीं कीतियां। हुण देखियो साढ़े ते कबीर विच केड़ा अंतर है, असी सारिया एहो चीज़ा पैदा कर रहे। मालिक ने बाबा कबीर जी ते की रहमत कीती है, उनदा उनदे एहो जी आईडी एहो जी अपनी होंद बनाई ने। कोई अपनी एहो जी होंद नहीं बनाया। कहिंदा है छाण ना मोए छाण ना छापरी, ना मोए घर नहीं गाँव, मत हर पूछे कौन है मेरी जात ना नाम। ये सारी अनहोंद है मेरे को, मेरे को अपनी होंद की कोई तस्दीक करने वास्ते गरंटी या आइडेंटिटी नहीं। हुण आ गया जवाब, जवाब के कह लगे क्योंकि मनुख दुनिया के सामने मर रहा है शरीर का, कि शरीर जरा संसार का हिस्सा ते जिंदा भी दुनिया के दुख ही है, दुनिया के दुख है मुगवा चल तो घर कुल की कान, तब कुल कौने लड़सी जबले धरे मसा। मनुख का अपना सारा जीवन दुनिया नू अपनी होंद दिखाने लिए बड़ा, आखिरकार तो दुनिया नू दिखाने लिए है ना, मेरे रिश्तेदार मेरे दोस्त मेरे मित्र मेरी अमीरी किवें देखण। मनुख तो सारी जिंदगी अंदर दर उदार तो इतने खड़ा है, निशाना तो यही है। हुण बाबा कबीर कहिंदे ने जे इहो ही मसला है ते ये चीज़ा मेरे को है ने, मैं ते दुनिया लई मर रहा, मैं अपना सारा जीवन दुनिया लई बिता दिता, मेरे को ये चीज़ा है ने। ते जे रब ने भी पुछ लिया इन्हां चीज़ां ते निर्भर कर लिया ते की करन। हुण बाबा कबीर जवाब कबीर कहिंदा मैनूं पता लग गया कि जे मैं दुनिया दे लई मरांगा दुनिया दे लई जीआंगा ते मैनूं दुनिया ने भी मरन तो बाद भी संस्कार करन दा मेरा शरीर हक नहीं देना। पहला अपनी आईडी लिया उत्थे मैनूं एड्रैस भी लिखना पैना, उत्थे नाम भी लिखना पैना, मुश्किल बन जाएगी। मेरे को कुछ भी नहीं, मैं अपना कुछ बना के नहीं रखता। गुरु के पानी पे टाइम नहीं आके कहो नानक सब तेरी वडियाई, कहो नानक सब तेरी वडियाई, कोई ना ना जाने मेरा, मैं अपना नानक मार गया। कहने लगे फिर तरीका की है बाबा कबीर का, एक को तरीका है कि दुनिया के दोखे मुआ वाली गल छड़ दे, संसार लई ना मर, मर ही रब दी दर दे दर दे दर ते लो अगली रब दे द्वारे ते मर। उथे किवें मरिया जांदा? उथे तन करके नहीं मरिया जांदा, उथे तन करके नहीं मरिया जांदा, उथे है मन मरे तात मर जाए, बिन मन मुए कैसे हर पाए, मन मरे दारू जाने कोई। देखो सारा ठीक दस रहे,
रब दी दरगाह विच रब दे दरवाजे ते मरना होवे तन करके नहीं उते मन करके मरना पैंदा ते मन करके मरना की है उनका फैसला कहते ने मन मरे दारू जाने कोई मन मरना कोई आसान नहीं इनका तरीका सीखना पैंदा है मन किवें मरे कह लगे मन मरे पहला कह दिता ने बिन मन मूए कैसे हर पाए मन मरे बिना रब नहीं मिलता प्रभु का मिलाप नहीं होता हम सवाल है मन मरे किवें कह लगे मन मरे दारू जाने कोए मन शब्द मरे फैसला बनी दे मन है शब्द के सामने अपनी होंद अपनी सोच अपनी विचार खत्म कर देना मरण की निशानी की है मनुख की वैसे भी उदो विचार खत्म हो जाते उनके को पुछो कि तू अपनी कोई राय दे जा मरण तो बाकी रह जाएगा अंत समय ਉਹ ਵੀ ਮੌਤ ਹੋਵੇ ਨੇੜੇ ਵੇਖ ਕੇ ਤਾਂ ਉਹਦੇ ਕੋਲੋਂ ਕੋਈ ਰਹਿ ਲੈ ਸਕਦੇ ਹੋ ਪਰ ਮਰਨ ਤੋਂ ਬਾਅਦ ਉਹਦੇ ਜਿੰਨੇ ਮਰਜ਼ੀ ਅਰਦਾਸਾਂ ਕਰੀ ਜਾਓ ਮੈਨੂੰ ਕੋਈ ਆਪਣੀ ਰਾਇ ਦੇ ਕਹਿਣ ਲੱਗੇ ਇਸੇ ਤਰ੍ਹਾਂ ਮਰਨ ਦੀ ਨਿਸ਼ਾਨੀ ਹੈ ਆਪਣੀ ਸੋਚ ਆਪਣੀ ਵਿਚਾਰ ਖਤਮ ਕਰਨਾ ਜਦੋਂ ਅਸੀਂ ਸ਼ਬਦ ਦੇ ਰਾਹੀਂ ਆਪਣੀ ਵਿਚਾਰ ਖਤਮ ਕਰਨੇ ਆ ਗੁਰੂ ਸਮਝਾ ਦਿੰਦਾ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਭਾਈ ਮੰਨ ਆਪਣੀ ਗੱਲ ਛੱਡ ਦੇ ਜਿਸ ਦਿਨ ਤੂੰ ਆਪਣੀ ਵਿਚਾਰ ਨਾ ਦੇ ਸਕੇ ਹੋ ਗੁਰੂ ਦੇ ਸਾਹਮਣੇ ਜਿਸ ਦਿਨ ਤੂੰ ਆਪਣੀ ਵਿਚਾਰ ਨਾ ਦੇ ਸਕੇ ਹੋ ਰੱਬ ਦੇ ਸਾਹਮਣੇ ਸਮਝ ਲਈ ਮਨ ਭਰ ਕੇ ਜਿਵੇਂ ਤੂੰ ਰੱਖੋ ਤੇ ਵੀਰ ਰਹਿਣਾ ਇਹ ਮਨ ਮਾਰਿਆ ਜਿਵੇਂ ਤੂੰ ਰੱਖੋ ਤੇ ਵੀਰ ਰਹਿਣਾ ਜੋ ਤੁਮ ਕਹੋ ਸੋਈ ਮੁਰ ਕਰਨਾ ਜੇ ਵੇਖੋ ਤਾਂ ਤੁਮ ਬਸਣਾ ਨਿਰਭਉ ਨਾਮ ਜਪੋ ਤੇਰੀ ਰਸਨਾ ਤੇਰਾ ਰਸਨਾ ਤੂੰ ਮੇਰੀ ਨਾਮ ਨਿਧ ਤੂੰ ਭੰਡਾਰ ਰੰਗ ਰਸਾ ਤੂੰ ਮਨੇ ਆਧਾਰ ਤੂੰ ਮੇਰੀ ਸੋਭਾ ਤੂੰ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਉੱਥੇ ਮਰ ਗਿਆ ਨਾ ਆਪਾ ਆਪ ਖਤਮ ਹੋ ਗਏ ਕਹਿਣ ਲੱਗੇ ਜਿਸ ਦਿਨ ਰੱਬ ਦੇ ਸਾਹਮਣੇ ਤੂੰ ਆਪਣੀ ਵਿਚਾਰ ਆਪਣੀ ਸੋਚ ਆਪਣੀ ਸਿਆਣਪ ਛੱਡ ਕੇ ਢਹਿ ਪਿਓ ਸਮਝ ਲਈ ਉਸ ਦਿਨ ਤੇਰਾ ਮਨ ਮਰ ਗਿਆ ਤੇ ਰੱਬ ਦੇ ਦਰਗਾਹ ਵਿੱਚ ਜਿਸ ਦਿਨ ਮਨ ਮਰ ਗਿਆ ਉਸ ਦਿਨ ਮਾਲਕ ਨੇ ਫਿਰ ਇਹ ਡਰ ਖਤਮ ਕਰ ਦੇ ਵੀ ਮਾਲਕ ਮੇਰੇ ਕੋਲੋਂ ਪੁੱਛੇਗਾ ਤੂੰ ਕੌਣ ਹੈ ਇਹੀ ਤਾਂ ਜਾਣਨਾ ਚਾਹੁੰਦਾ ਵੀ ਤੂੰ ਇਹ ਗੱਲ ਛੱਡ ਦੇਵੇਂ ਕਿ ਤੂੰ ਕੌਣ ਹੈ ਜਿੰਨੀ ਦੇਰ ਤੂੰ ਆਖਣਾ ਕਿ ਮੈਂ ਹਾਂ ਉਨੀ ਦੇਰ ਤੇਰੇ ਨਾਲ ਗੱਲ ਵੀ ਨਹੀਂ ਕਰਦਾ ਜਿਸ ਦਿਨ ਤੂੰ ਕਹਿਣਾ ਹੀ ਛੱਡ ਦਿੱਤਾ ਜਿਸ ਦਿਨ ਤੂੰ ਆਪਣੀ ਹੋਂਦ ਹੀ ਖਤਮ ਕਰ ਦਿੱਤੀ ਫਿਰ ਰੱਬ ਤੇਰੇ ਕੋਲੋਂ ਕਿਉਂ ਪੁੱਛੇਗਾ ਤੂੰ ਕੌਣ ਹੈ ਕਹਿਣ ਲੱਗੇ ਇਸ ਲਈ ਚੰਗੀ ਗੱਲ ਇਹ ਹੈ ਵੀ ਮੇਰੇ ਮੈਨੂੰ ਮਰਨ ਦਾ ਚਾਹ ਤਾਂ ਹੈ ਪਰ ਮੈਂ ਫੈਸਲਾ ਕੀਤਾ ਹੈ ਕਿ ਹਰੀ ਦੇ ਦੁਆਰਾ ਰੱਬ ਦੇ ਦਰਵਾਜ਼ੇ ਅੱਗੇ ਮਰਾਂ ਜਿਹੜਾ ਮਨ ਮਰਦਾ ਹੈ ਰੱਬ ਦੇ ਦਰਵਾਜ਼ੇ ਅੱਗੇ ਮਰਾਂ ਤਾਂ ਕਿ ਮੈਨੂੰ ਮਾਲਕ ਨਾ ਪੁੱਛੇ ਕਿਵੇਂ ਪੁੱਛੇਗਾ ਤੂੰ ਕੌਣ ਹੈ ਕਹਿਣ ਲੱਗੀ ਕਬੀ ਮੋਹ ਮਰਨੇ ਕਾ ਤੁਹਾਡੀ ਕੇ ਦੁਆ
ਤੇ ਮਨ ਕਰਕੇ ਮਰਨਾ ਚਾਹੁੰਦਾ ਕਿਤੇ ਰੱਬ ਮੇਰੇ ਕੋਲੋਂ ਇਹ ਨਾ ਪੁੱਛ ਲੈ ਕੌਣ, ਕਿਉਂਕਿ ਮੈਂ ਸੰਸਾਰਿਕ ਤੌਰ 'ਤੇ ਤਾਂ ਆਪਣੀ ਹੋਂਦ ਕਾਇਮ ਹੀ ਨਹੀਂ ਕੀਤੀ। ਸੂਖਸ਼ਮ ਢੰਗ ਨਾਲ ਬਾਬਾ ਕਬੀਰ ਜੀ ਨੇ ਇੱਕ ਗੱਲ ਨੂੰ ਸਪਸ਼ਟ ਕੀਤਾ। ਕਹਿੰਦੇ ਨੇ ਸੰਸਾਰ ਦਾ ਜੀਵਨ ਮਰਨਾ ਉਹ ਆਈਡੀ ਜਾਂਦਾ ਹੈ। ਜਦੋਂ ਜਨਮ ਲੈਂਦਾ ਬੱਚਾ ਉਦੋਂ ਹੀ ਵਹੀਆਂ ਲੈ ਕੇ ਕਦੀ ਬ੍ਰਾਹਮਣ ਆ ਜਾਂਦਾ ਸੀ, ਹੁਣ ਅੱਜ ਕੱਲ੍ਹ ਤਾਂ ਹੋਸਪਿਟਲ ਵਿੱਚ ਹੀ ਫਾਰਮ ਭਰੇ ਜਾਂਦੇ ਨੇ। ਉਦੋਂ ਜਿਹਦੇ ਰਾਤ ਲਿਖਦੇ ਸਨ ਉਹਨੂੰ ਛੱਟੀ ਰਾਤ ਆਖਦੇ ਸਨ। ਛੇਵੀਂ ਰਾਤ ਬ੍ਰਾਹਮਣ ਗ੍ਰੰਥੀ ਸਿੰਘ ਆਉਂਦਾ ਸੀ ਘਰ ਵਿੱਚ, ਉਹ ਤੁਹਾਡੇ ਕੋਲੋਂ ਪੁੱਛਦਾ ਸੀ ਪਿਤਾ ਦਾ ਨਾਂ ਕੀ ਹੈ, ਦਾਦੇ ਦਾ ਨਾਂ ਕੀ ਹੈ, ਸਾਰਾ ਸਭ ਕੁਝ ਲੱਗ ਕੇ ਪਹਿਲਾਂ। ਹੁਣ ਉਹ ਨਹੀਂ, ਹੁਣ ਤਾਂ ਪਹਿਲੇ ਦਿਨ ਤੋਂ ਜਨਮ ਲੈਂਦੇ ਆ ਹੀ ਤੁਸੀਂ ਰਜਿਸਟਰ ਹੋ ਜਾਂਦੇ ਹੋ, ਆਹ ਤੁਹਾਡਾ ਪਿਤਾ ਦਾ ਨਾਂ, ਤੁਹਾਡਾ ਐਡਰੈਸ ਹੈ, ਇੰਨੇ ਵਜੇ ਤੁਸੀਂ ਜਨਮ ਲਿਆ। ਕਿਹੜੀ ਅਜੀਬ ਗੱਲ, ਤੁਹਾਡੀ ਆਈਡੀ ਤਾਂ ਉੱਥੋਂ ਹੀ ਸ਼ੁਰੂ ਹੋ ਗਈ। ਆ ਬਰਥਡੇ ਸਰਟੀਫਿਕੇਟ ਕੀ ਹੈ, ਤੁਹਾਨੂੰ ਹਰ ਵਕਤ ਕਦਮ 'ਤੇ ਲਾਉਣਾ, ਕਿਉਂਕਿ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨੂੰ ਆਪਣੀ ਹੋਂਦ ਸਾਬਤ ਕਰਨੀ ਪੈਂਦੀ। ਇਸ ਲਈ ਹੋਂਦ ਨੂੰ ਵੱਡਾ ਕਰ ਰਿਹਾ, ਲੋੜ ਹੈ ਮਨੁੱਖ, ਮਜਬੂਰੀ ਹੈ ਇਹਦੀ, ਇਸੇ ਲਈ ਆਪਣੇ ਲਗਾਉਣ ਨੂੰ ਵੱਡਾ ਕਰ ਲਿਆ। ਪਰ ਬਾਬਾ ਕਬੀਰ ਕਹਿੰਦੇ ਨੇ ਇਸ ਹੋਂਦ ਨਾਲ ਮੇਰਾ ਰੱਬ ਦਾ ਕੋਈ ਸੰਬੰਧ ਨਹੀਂ, ਇਹ ਤਾਂ ਮੇਰੇ ਕੋਲੋਂ ਹਰ ਕਦਮ 'ਤੇ ਪੁੱਛਦੀ ਹੈ ਕੌਣ ਹੈ, ਕੌਣ ਹੈ ਸਾਬਤ ਕਰੋ। ਕਹਿਣ ਲੱਗੇ ਜਿਸ ਦਿਨ ਮੈਂ ਰੱਬ ਦੇ ਸਾਹਮਣੇ ਮਨ ਕਰਕੇ ਮਰ ਗਿਆ, ਆਪਣੀ ਹੋਂਦ ਖਤਮ ਕਰ ਦਿੱਤੀ, ਹੇ ਮਾਲਕ ਤੇਰੇ ਹੁਕਮ ਵਿੱਚ ਰਹਿਣਾ। ਗੁਰੂ ਸਾਹਿਬ ਨੇ ਆਪਾਂ ਜਪਜੀ ਸਾਹਿਬ ਵਿੱਚ ਰੋਜ਼ ਕਿਉਂ ਪੜ੍ਹਨੇ, ਨਾਨਕ ਹੁਕਮ ਹੈ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ। ਜਿਸ ਦਿਨ ਇਹ ਹੋਮੋਂ ਮਰ ਗਈ ਮਨ ਕਰਕੇ, ਉਹ ਆਪਣੀ ਹੋਂਦ ਜਿਹੜੀ ਵੱਖਰੀ ਪੈਦਾ ਕੀਤੀ ਹੋਈ ਹੈ, ਜਿਹੜੀ ਮਨ ਨੇ ਪੈਦਾ ਕੀਤੀ ਹੈ, ਜਿਸ ਦਿਨ ਉਹ ਮਰ ਗਈ ਉਸ ਦਿਨ ਮੇਰੇ ਰੱਬ ਨੇ ਫਿਰ ਨਹੀਂ ਪੁੱਛਣਾ ਤੂੰ ਕੌਣ ਹੈ। ਬਸ ਉਹੀ ਗੱਲ, ਉਹੀ ਫਿਕਰਾ ਖਤਮ ਕਰਨਾ ਕਿ ਮੇਰੇ ਕੋਲੋਂ ਰੱਬ ਪੁੱਛੇ ਨਾ ਤੂੰ ਕੌਣ ਹੈ। ਕਹਿਣ ਲੱਗੇ ਕਿਉਂਕਿ ਜੇ ਪੁੱਛੇ ਤਾਂ ਫਿਰ ਮੇਰੇ ਕੋਲ ਸੰਸਾਰਿਕ ਆਈਡੀ ਕੋਈ ਨਹੀਂ। ਗੁਰੂ ਬਖਸ਼ਿਸ਼ ਕਰੇ ਸਾਡਾ ਮਨ ਸ਼ਬਦ ਮਰੇ ਬੂਝੇ ਜਨ ਕੋਏ, ਸ਼ਬਦ ਦੇ ਸਾਹਮਣੇ ਆਪਣੀ ਹੋਂਦ ਖਤਮ ਹੋ ਜਾਏ। ਜੋ ਸਾਨੂੰ ਗੁਰੂ ਸ਼ਬਦ ਹੁਕਮ ਕਰੇ ਉਹਦੇ ਮੁਤਾਬਕ ਜੀਏ, ਆਪਣੀ ਸੋਚ ਨਾਲ ਨਹੀਂ। ਬਸ ਉਸਨੇ ਸਮਝੋ ਅਸੀਂ ਸੰਸਾਰ ਦੇ ਅੰਦਰ
रब की प्रभु की प्राप्ति एक रिश्ता कायम कर लिया। इन्होंने शब्दों नाल खिमादा जा चिखा फतेह बुलाओ। वाहेगुरु जी का खालसा वाहेगुरु जी।